ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ, ਭੈਣਾਂ ਕਹਿੰਦੀਆਂ ਤੁਸੀਂ ਬੁਟੀਕ ਵਾਲੇ ਸੂਟ ਬੰਦ ਕਰਤੇ ਨੇ ਬਣਾਉਣੇ। ਨਹੀਂ ਜੀ, ਬੰਦ ਨਹੀਂ ਕਰੇ ਹੈਗੇ, ਅਤੇ ਬਣ ਰਹੇ ਨੇ। ਆਹ ਦੇਖੋ, ਕਿਸੇ ਦਾ ਕੁੜਤਾ ਸਟਾਈਲ ਸੂਟ ਬਣਾਇਆ ਆਪਾਂ ਨੇ। ਨੀਚੋਂ ਆਪਾਂ ਨੇ ਜਿਹੜਾ ਇਹ ਘੇਰਾ ਹੈਗਾ, ਇਹ ਗੋਲ ਰੱਖਿਆ ਹੋਇਆ। ਆਹ ਦੇਖੋ, ਇਹਦੀ ਬਹੁਤ ਜ਼ਿਆਦਾ ਸੋਹਣੀ ਫਿਟਿੰਗ ਆਉਂਦੀ ਆ, ਕਿਉਂਕਿ ਇੱਥੇ ਨਾ ਕਲੀ ਪਾਈ ਹੋਈ ਆ। ਜਿਹੜਾ ਕੰਮ ਕਰਿਆ ਇੱਥੇ ਕਲੀ ਪਾਈ ਹੋਈ ਆ, ਕਲੀ ਦੇ ਉੱਪਰ ਆਪਾਂ ਨੇ ਵਰਕ ਕਰਿਆ ਹੋਇਆ, ਅਤੇ ਬਹੁਤ ਹੀ ਜ਼ਿਆਦਾ ਸੋਹਣਾ ਬਣਦਾ। ਇਹ ਜੋਰਜੈਟ ਦੇ ਉੱਪਰ ਬਣਿਆ ਹੋਇਆ, ਜੇ ਤੁਸੀਂ ਵੀ ਕਿਸੇ ਨੇ ਬਣਾਉਣਾ ਚਾਹੁੰਦੇ ਹੋ ਤਾਂ ਬਣਾ ਸਕਦੇ ਹੋ। ਆਹ ਦੇਖੋ, ਆਹ ਬਾਜੂ ਵਰਕ ਹੈਗਾ, ਅਤੇ ਆਹ ਇਹਦੇ ਨਾਲ ਇਹਨਾਂ ਨੇ ਸਟਰੇਟ ਸਲਵਾਰ ਬਣਾਈ ਆ। ਤੁਸੀਂ ਚਾਹੋ ਤਾਂ ਇਹ ਕੋਟ ਸੈੱਟ ਦੀ ਤਰ੍ਹਾਂ ਆ ਜਾਂਦਾ। ਇਹ ਲੈਂਥ ਦੇ ਅਕੋਰਡਿੰਗ ਹੁੰਦਾ ਹੈ ਨਾ, ਵੀ ਜੇ ਤੁਸੀਂ ਘੱਟ ਰਖਾਉਣੀ ਹੈ, ਵੱਧ ਰਖਾਉਣੀ। ਇਹਨਾਂ ਨੇ ਸਟਰੇਟ ਸਲਵਾਰ ਬਣਾਈ ਆ, ਨਾਲ ਤੁਸੀਂ ਪੈਂਟ ਵੀ ਬਣਾ ਸਕਦੇ ਹੋ, ਅਤੇ ਇਹਨਾਂ ਨੇ ਨਾਲ ਇੱਕ ਸਟਾਲ ਟਾਈਪ ਦੁਪੱਟਾ ਬਣਾਇਆ। ਠੀਕ ਹੈ ਜੀ, ਇਹ ਫੁੱਲ ਦੁਪੱਟਾ ਹੀ ਆ। ਵੈਸੇ ਇਹਨਾਂ ਨੇ ਲੇਸ ਵਗੈਰਾ ਨਹੀਂ ਲਗਾਈ ਹੈਗੀ, ਕਹਿੰਦੇ ਇੱਦਾਂ ਹੀ ਗਲ ਦੇ ਵਿੱਚ ਪੈ ਜਾ ਕਰੇਗਾ। ਠੀਕ ਆ, ਇਹ ਬਹੁਤ ਸੋਹਣਾ, ਬਹੁਤ ਹੀ ਪਿਆਰਾ ਬਣਿਆ ਹੋਇਆ। ਤੁਸੀਂ ਚਾਹੋ ਤਾਂ ਤੁਸੀਂ ਵੀ ਬਣਵਾ ਸਕਦੇ ਹੋ ਇਹਨੂੰ। ਅਤੇ ਨੈਕਸਟ ਸੂਟ ਆ ਮੇਰਾ ਬਣਿਆ ਸੀਗਾ ਜੀ, ਜਿਹੜਾ ਉਹਦੇ ਵਾਂਗ ਆਪਾਂ ਨੇ ਮਤਲਬ ਸਟਾਈਲ ਉਹ ਦਿੱਤਾ ਹੈਗਾ, ਅਤੇ ਭੈਣ ਦਾ ਥੋੜ੍ਹਾ ਜਿਹਾ ਡਿਫਰੈਂਟ ਕਰਿਆ। ਆਹ ਦੇਖੋ, ਬਾਜੂ 'ਤੇ ਮੇਰੇ ਇਸੇ ਤਰ੍ਹਾਂ ਵਰਕ ਸੀਗਾ, ਬਹੁਤ ਪਿਆਰਾ ਬਣਿਆ ਹੋਇਆ ਸੀ ਸੂਟ। ਇਹ ਸਾਰਿਆਂ ਨੇ ਬਹੁਤ ਲਾਈਕ ਕੀਤਾ ਜੀ। ਜੇ ਇਹ ਮਤਲਬ ਸੇਮ ਸਟੱਫ ਨਾ ਮਿਲਿਆ ਤਾਂ ਤੁਸੀਂ ਕਿਸੇ 'ਤੇ ਵੀ ਇਹਨੂੰ ਰੈਡੀ ਕਰਵਾ ਸਕਦੇ ਹੋ। ਠੀਕ ਹੈ ਜੀ, ਇਹ ਗਲੇ 'ਤੇ ਆਪਾਂ ਪੋਟਲੀ ਬਟਨ ਲਗਾ ਦਿੱਤੇ ਹੈਗੇ ਆ, ਉਹ ਸਲਵਾਰ ਕਰਿਓ ਬਣੇ ਜੀ। ਆਹ ਦੇਖੋ, ਆ ਇਹਦੀ ਸਲਵਾਰ ਹੈਗੀ ਆ, ਸਲਵਾਰ ਦੇ ਉੱਪਰ ਕੰਮ। ਆਹ ਕੱਟਵਰਕ ਦੀ ਫਿਨਿਸ਼ਿੰਗ ਤੁਸੀਂ ਐਨ ਨੇੜੇ ਤੋਂ ਦੇਖ ਸਕਦੇ ਹੋ। ਆਹ ਮੂਹਰੇ, ਠੀਕ ਹੈ ਜੀ, ਇਹ ਮੈਰੂਨ ਸ਼ੇਡ ਦੇ ਵਿੱਚ ਹੈਗਾ, ਅਤੇ ਇਹਦਾ ਦੁਪੱਟਾ ਬੜਾ ਸੋਹਣਾ। ਦੁਪੱਟੇ ਦੇ ਉੱਤੇ ਉਸੇ ਤਰ੍ਹਾਂ ਕੰਮ ਆ ਜਿੱਦਾਂ ਮੇਰੇ 'ਤੇ ਸੀਗਾ, ਉਸੇ ਤਰ੍ਹਾਂ ਇਹਨੂੰ ਡਾਈ ਕੀਤਾ ਹੋਇਆ। ਆਹ ਦੇਖੋ, ਆਹ ਦੇਖੋ, ਇੱਥੋਂ ਆਪਾਂ ਨੇ ਥੋੜ੍ਹਾ ਜਿਹਾ ਵਧਮਾ ਕਰਕੇ ਬਣਾਇਆ ਹੋਇਆ, ਅਤੇ ਇੱਥੇ ਕੱਟਵਰਕ ਦਿੱਤਾ ਹੋਇਆ। ਸਾਰਾ ਦੁਪੱਟਾ ਉਸੇ ਤਰ੍ਹਾਂ ਬਣਿਆ ਹੋਇਆ। ਇਹਦੀ ਟਾਈ ਐਂਡ ਡਾਈ ਦੇਖੋ, ਬਹੁਤ ਪਿਆਰੀ ਹੋਈ ਹੋਈ ਆ। ਲਓ ਜੀ, ਨੈਕਸਟ ਸੂਟ ਮਸਲੀਨ ਦੇ ਉੱਪਰ ਹੈਗਾ, ਅਤੇ ਉਹਦੇ 'ਤੇ ਇਹ ਕੰਮ ਕਰਿਆ ਹੋਇਆ, ਬਹੁਤ ਸਰਦਾਰੀ, ਸੋਬਰ ਸੋਬਰ ਜਿਹਾ, ਅਤੇ ਫਿਨਿਸ਼ਿੰਗ ਆਪਾਂ ਨੇ ਇਹਦੇ ਵਿੱਚ ਸੀ ਗ੍ਰੀਨ ਕਲਰ ਦੀ ਦਿੱਤੀ ਹੋਈ ਆ। ਅਤੇ ਆਹ ਬਾਜੂ ਵਰਕ ਹੈਗਾ, ਐਵੇਂ ਖੋਲ, ਆਹ ਬਾਜੂ ਵਰਕ ਹੈ ਜੀ। ਇਹ ਪਹਿਲਾਂ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਸੀਗਾ ਇਹ ਵਾਲਾ ਵਰਕ, ਅਤੇ ਹੁਣ ਫੇਰ ਆਪਣਾ ਬਣਿਆ। ਇਹ ਸਲਵਾਰ ਦੇ ਉੱਪਰ ਵਰਕ ਹੈਗਾ, ਬਹੁਤ ਸੋਹਣਾ ਸੂਟ ਬਣਿਆ ਹੋਇਆ ਜੀ ਇਹ ਮਸਲੀਨ ਦੇ ਉੱਪਰ, ਐਂਡ ਪਿਓਰ ਚਨੋਨ ਕਮਲ ਦਾ ਦੁਪੱਟਾ, ਟਾਈ ਐਂਡ ਡਾਈ। ਬਹੁਤ ਸੋਹਣੀ ਇਹਦੀ ਟਾਈ ਐਂਡ ਡਾਈ ਹੀ ਆ, ਮਲਟੀ ਸ਼ੇਡ ਸਾਰੇ ਪਾ ਕੇ ਇਹਨੂੰ ਟਾਈ ਐਂਡ ਡਾਈ ਕੀਤਾ ਗਿਆ, ਅਤੇ ਫੋਰ ਸਾਈਡ ਲੇਸ ਦੀ ਫਿਨਿਸ਼ਿੰਗ ਹੈਗੀ ਆ। ਇਹ ਸੂਟ ਹੋ ਗਿਆ ਜੀ। ਅਤੇ ਨੈਕਸਟ ਸੂਟ ਆਪਣਾ ਹੈਗਾ ਆਹ ਵਾਲਾ, ਆਹ ਦੇਖੋ, ਖੋਲ ਕੇ ਦਿਖਾਉਂਦੀ ਹਾਂ ਮੈਂ। ਲਓ ਜੀ, ਆਹ ਸੂਟ ਬਣਿਆ, ਇਹਨੂੰ ਆਪਾਂ ਦੇਖੋ ਇੱਥੇ ਔਰਗੈਨਜ਼ਾ ਲਗਾ ਕੇ ਉਹਦੇ ਉੱਪਰ ਵਰਕ ਕੀਤਾ, ਅਤੇ ਬਹੁਤ ਪਿਆਰਾ, ਬਹੁਤ ਹੀ ਸੋਹਣਾ ਸੂਟ ਬਣਿਆ। ਕਲਰ ਵੀ ਬਹੁਤ ਪਿਆਰਾ ਹੈਗਾ। ਆਹ ਬਾਜੂ ਵਰਕ ਹੈਗਾ ਇਹਦੇ 'ਤੇ, ਐਂਡ ਇਹ ਸਲਵਾਰ ਦੇ ਉੱਪਰ ਆਪਾਂ ਨੇ ਬੂਟੀ ਪਾਈ ਹੋਈ ਆ। ਆਹ ਦੇਖੋ, ਬਹੁਤ ਪਿਆਰਾ, ਬਹੁਤ ਸੋਹਣਾ ਸੂਟ ਬਣਿਆ। ਇਹਦੇ 'ਤੇ ਆਪਾਂ ਮਹਿੰਦੀ ਕਲਰ ਦੀ ਫਿਨਿਸ਼ਿੰਗ ਦਿੱਤੀ ਆ, ਆਹ ਦੇਖੋ ਬਲੀਕ ਲਗਾ ਕੇ। ਅਤੇ ਆ ਇਹਦਾ ਦੁਪੱਟਾ, ਦੁਪੱਟੇ ਨੂੰ ਆਪਾਂ ਨੇ ਇੱਕ ਕਲਰ ਦਾ ਹੀ ਰੱਖਿਆ, ਫਿਰ ਬਹੁਤ ਸੋਹਣਾ ਸਰਦਾਰੀ ਜਿਹਾ ਸੂਟ ਇਹ ਰੈਡੀ ਹੋਇਆ ਹੋਇਆ। ਲਓ ਜੀ, ਇਹ ਜੋਰਜੈਟ ਦਾ ਆਇਆ ਸੀਗਾ ਸੂਟ, ਉਹਦੇ 'ਤੇ ਆਪਾਂ ਨੇ ਕੰਮ ਕੀਤਾ। ਆਹ ਦੇਖੋ, ਆਹ ਘੇਰੇ 'ਤੇ ਵਰਕ ਹੈਗਾ,
ਨਹੀਂ ਜੋਰਜਟ ਦਾ ਨਹੀਂ, ਸੋਰੀ, ਉਹਦਾ ਸੀ ਸ਼ਿਫੋਨ ਦਾ। ਅਤੇ ਨੀਚੇ ਆਪਾਂ ਨੇ ਮਗਜ਼ੀ ਦੇ ਦਿੱਤੀ, ਆ ਬਾਜੂ ਦੇ ਵਰਕ ਹੈ, ਆ ਦੇਖੋ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਬਣਿਆ। ਪਰ ਜੇ ਤੁਸੀਂ ਕਹੋਗੇ ਵੀ ਸੇਮ ਹੀ ਸਾਨੂੰ ਚਾਹੀਦਾ, ਸੇਮ ਨਹੀਂ ਜੀ, ਹੁਣ ਆਉਂਦਾ ਰਹਿੰਦਾ ਕੱਪੜਾ, ਹੈ ਨਾ, ਤੁਸੀਂ ਉਹਦੇ ਵਿੱਚੋਂ ਦੇਖ ਸਕਦੇ ਹੋ। ਪਿੱਛੇ ਬੈਕ 'ਤੇ ਆਪਾਂ ਨੇ ਬਟਨ ਡਿਜ਼ਾਈਨ ਕਰਿਆ, ਅਤੇ ਕਿਸੇ 'ਤੇ ਕੋਈ ਵੀ ਕੰਮ ਕਰਵਾ ਸਕਦੇ ਹੋ, ਠੀਕ ਆ। ਜੇ ਤੁਸੀਂ ਕਹੋਗੇ ਕਿ ਆਪਣੀ ਚੁਆਇਸ ਦੇ ਕੰਮ ਕਰਕੇ ਭੇਜ ਦਿਓ, ਉਹ ਵੀ ਆਪਾਂ ਭੇਜ ਦਾਂਗੇ। ਆ ਦੇਖੋ ਜੀ ਵਰਕ ਦੀ ਫਿਨਿਸ਼ਿੰਗ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ, ਠੀਕ ਹੈ ਜੀ। ਆ ਦੁਪੱਟਾ, ਇਹਦਾ ਡਿਜ਼ਾਈਨਰ ਦੁਪੱਟਾ, ਇਹ ਆਪਾਂ ਨੇ ਪਹਿਲਾਂ ਦਿਖਾਏ ਸੀਗੇ, ਅਤੇ ਉਹਨਾਂ ਦੇ ਵਿੱਚੋਂ ਉਹਨਾਂ ਨੇ ਚੂਜ਼ ਕਰੇ ਹੋਏ ਹੈਗੇ ਨੇ। ਬਹੁਤ ਪਿਆਰਾ, ਬਹੁਤ ਹੀ ਸੋਹਣਾ ਸੂਟ ਬਣਿਆ ਹੋਇਆ, ਠੀਕ ਹੈ ਜੀ। ਨੈਕਸਟ ਸੂਟ ਆ ਜੀ, ਇਹ ਮਹਿੰਦੀ ਜਿਹਾ ਸ਼ੇਡ ਹੈਗਾ, ਆ ਦੇਖੋ ਘੇਰੇ ਦੇ ਉੱਪਰ ਵਰਕ ਕਰਿਆ, ਬਹੁਤ ਸੋਹਣਾ ਵਰਕ ਹੈ। ਆ ਬਾਜੂ ਵਰਕ ਹੈਗਾ, ਅਤੇ ਬੈਕ 'ਤੇ ਆਪਾਂ ਨੇ ਬਟਨ ਡਿਜ਼ਾਈਨ ਕਰਿਆ ਇਸ ਤਰ੍ਹਾਂ। ਅਤੇ ਆ ਇਹਦੀ ਸਲਵਾਰ ਹੈਗੀ ਹੈ, ਆ ਦੇਖੋ ਸਲਵਾਰ 'ਤੇ ਇਸ ਤਰ੍ਹਾਂ ਕੰਮ ਕਰਿਆ ਪੌਂਚੇ ਬਣਾ ਕੇ। ਅਤੇ ਆ ਇਹਦਾ ਦੁਪੱਟਾ, ਸੇਮ ਤਾਂ ਜੀ ਤੁਹਾਨੂੰ ਪਤਾ ਦੇਖੋ ਮਿਲਣਾ ਨਹੀਂ ਹੈਗਾ, ਹੈ ਨਾ। ਇਹ ਚਿਨੂਨ ਦਾ ਸੂਟ ਹੈਗਾ, ਅਤੇ ਚਿਨੂਨ ਦਾ ਹੀ ਦੁਪੱਟਾ। ਅਤੇ ਨੈਕਸਟ ਸੂਟ ਆਹ, ਇਹ ਪਹਿਲਾਂ ਆਪਾਂ ਨੇ ਸ਼ਰਟ 'ਤੇ ਕੰਮ ਕਰਕੇ ਭੇਜਿਆ ਸੀ, ਪਰ ਇਸ ਵਾਰ ਡਿਫਰੈਂਟ ਕਰਿਆ, ਇਹਨੂੰ ਆਪਾਂ ਨੇ ਸ਼ਰਟ 'ਤੇ ਕੰਮ ਕਰਵਾਇਆ, ਆ ਦੇਖੋ। ਅਤੇ ਕੰਮ ਦੀ ਫਿਨਿਸ਼ਿੰਗ ਤੁਸੀਂ ਐਨ ਨੇੜੇ ਤੋਂ ਦੇਖ ਸਕਦੇ ਹੋ, ਇਹਨੂੰ ਜਿਵੇਂ ਮਰਜ਼ੀ ਮਸ਼ੀਨ ਵਾਸ਼ ਕਰੋ, ਜਿਵੇਂ ਮਰਜ਼ੀ ਕਰੋ, ਅਤੇ ਮਤਲਬ ਵਰਕ ਨਹੀਂ ਖਰਾਬ ਹੁੰਦਾ ਹੈਗਾ। ਦੇਖੋ ਇਹਦੀ ਬਾਜੂ ਇਸ ਤਰ੍ਹਾਂ ਆਪਾਂ ਨੇ ਡਿਜ਼ਾਈਨ ਵਾਲੀ ਬਣਾਈ ਹੈ, ਅਤੇ ਬਹੁਤ ਪਿਆਰਾ ਸੂਟ ਬਣਿਆ। ਉਹ ਸਲਵਾਰ ਹੈ ਇਹਦੀ ਜੀ, ਪਿੱਛੇ ਬੈਕ 'ਤੇ ਬਟਨ ਡਿਜ਼ਾਈਨ ਐਂਡ ਜ਼ਿੱਪਾਂ। ਆ ਦੇਖੋ ਨੀਚੇ ਆਪਾਂ ਇਹਦੀ ਮਗਜ਼ੀ ਦੇ ਦਿੱਤੀ ਪਲੇਨ ਦੀ, ਅਤੇ ਕਮਲ ਚਨੂਨ ਦਾ ਦੁਪੱਟਾ ਇਹਦੇ ਨਾਲ, ਆ ਦੇਖੋ ਆ ਇਹਦਾ ਟਾਈ ਐਂਡ ਆਈ ਹੋਇਆ ਹੋਇਆ, ਬਹੁਤ ਪਿਆਰਾ ਬਹੁਤ ਸੋਹਣਾ ਜਿਹਾ ਸੂਟ ਬਣਿਆ ਹੋਇਆ ਜੀ। ਅਤੇ ਨੈਕਸਟ ਇਹ ਕੁੜਤਾ ਸਟਾਈਲ ਬਣਿਆ, ਅਤੇ ਪੋਕਿਟਸ ਲਗਾਈਆਂ ਨੇ ਇਹਦੇ 'ਤੇ ਆਪਾਂ ਨੇ, ਆ ਦੇਖੋ ਨੀਚੋਂ ਘੇਰਾ ਆਪਾਂ ਨੇ ਗੋਲ ਰੱਖਿਆ ਹੋਇਆ। ਅਤੇ ਭੈਣ ਨੇ ਕਿਹਾ ਸੀਗਾ ਵੀ ਕੁੜਤੇ ਬਣਾ ਦਿਓ, ਆ ਦੇਖੋ ਇਹਦੀ ਪੋਕਿਟਸ ਇੱਥੇ ਹੈਗੀ ਆ, ਅਤੇ ਇਹਦੇ 'ਤੇ ਆਪਾਂ ਨੇ ਵਰਕ ਕੀਤਾ ਹੋਇਆ, ਅਤੇ ਬਾਜੂ ਦੇ ਉੱਪਰ ਹੈਗਾ, ਬਾਜੂ ਸਟਾਈਲਿਸ਼ ਜੀ ਬਣਾਈ ਆ, ਆ ਦੇਖੋ ਲਓ, ਆ ਦੇਖੋ ਬਹੁਤ ਹੀ ਪਿਆਰਾ ਬਹੁਤ ਸੋਹਣਾ ਕੁੜਤਾ ਬਣਿਆ ਜੀ ਇਹ। ਅਤੇ ਆ ਇਹਦੀ ਨਾਲ ਸਲਵਾਰ ਬਣਾਈ ਆ, ਸਟਰੇਟ ਸਲਵਾਰ ਦੇ ਉੱਪਰ ਕੰਮ ਕੀਤਾ ਪੌਂਚੇ ਬਣਾ ਕੇ, ਅਤੇ ਇਹਨੂੰ ਤੁਸੀਂ ਆਉਣ ਜਾਣ ਲਈ ਵੀ ਵੇਅਰ ਕਰ ਸਕਦੇ ਹੋ, ਅਤੇ ਜਿਵੇਂ ਮਰਜ਼ੀ ਇਹਨੂੰ ਹੰਢਾਓ। ਅਤੇ ਦੁਪੱਟਾ ਦੇ ਉੱਪਰ ਆਪਾਂ ਨੇ ਕੁਛ ਲਗਾਇਆ ਨਹੀਂ, ਸਿਰਫ ਨੀਚੇ ਪੀਕੋ ਕਰਤੀ, ਕਿਉਂਕਿ ਗਲੇ ਜੇ ਪਾਉਣਾ ਹੁੰਦਾ ਤਾਂ ਕਰਕੇ। ਲਓ ਜੀ, ਹੋਰ ਤੁਹਾਨੂੰ ਸਾਡੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇ ਸਾਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ, ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਆਪਣਾ ਕੰਟੈਕਟ ਨੰਬਰ ਹੈਗਾ 7087502051 7087502051, ਠੀਕ ਹੈ ਜੀ। ਅਤੇ ਹੋਰ ਜਿੱਦਾਂ ਜੇ ਤੁਸੀਂ ਕੁੜਤੇ ਚਾਹੁੰਦੇ ਹੋ, ਕੁੜਤੇ ਆਹ ਦੇਖੋ ਇਹਦੇ ਪਿੱਛੇ ਨਾ ਆਪਾਂ ਨੇ ਐਵੇਂ ਕਲੀ ਪਾਈ ਹੋਈ ਆ, ਹੈ ਨਾ, ਅਤੇ ਅੱਗੇ ਵੀ ਦੇਖੋ, ਆਹ ਦੇਖੋ ਅੱਗੇ ਵੀ ਇਹਦੇ ਕਲੀ ਪਾਈ ਹੋਈ ਹੈ। ਜਦੋਂ ਇਹ ਕਲੀ ਪੈ ਜਾਂਦੀ ਹੈ ਨਾ, ਤਾਂ ਫਿਰ ਫਿਟਿੰਗ ਵਗੈਰਾ ਬਹੁਤ ਸੋਹਣਾ ਲੱਗਦਾ, ਅਤੇ ਵੀਅਰ ਕੀਤਾ ਵੀ। ਇੱਥੇ ਆਪਾਂ ਨੇ ਗਲੇ ਦੇ ਉੱਤੇ ਐਂਕਰਿੰਗ ਕੀਤੀ ਹੋਈ ਆ, ਅਤੇ ਐਂਕਰਿੰਗ ਨਾਲ ਵੀ ਚੀਜ਼ ਹੋ ਜਾਂਦੀ ਹੈ। ਇੱਦਾਂ ਵੀ ਬਾਜੂ ਦੇ ਉੱਪਰ ਐਂਕਰਿੰਗ ਕੀਤੀ ਹੋਈ ਆ, ਦੇਖੋ ਇਸ ਤਰ੍ਹਾਂ।
ਬਹੁਤ ਸੋਹਣਾ ਬਣਿਆ ਹੋਇਆ ਕੁੜਤਾ, ਮੈਨੂੰ ਵੀ ਬੜਾ ਪਸੰਦ ਆਇਆ ਇਹਦਾ ਡਿਜ਼ਾਈਨ।